ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਖਵਾਸਪੁਰ ਟੀਵੀ, ਅੱਜ ਅਸੀਂ ਡੇਰਾ ਸੰਤਪੁਰਾ ਜੱਬੜ ਮਾਨਕੋ ਵਿਖੇ ਖਵਾਸਪੁਰ ਟੀਵੀ ਦੀ ਤੁਹਾਨੂੰ ਲਾਈਵ ਰਿਪੋਰਟ ਦਿਖਾ ਰਹੇ ਹਾਂ, ਜਿੱਥੇ ਕਿ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ, ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫਿਰ ਜੀ ਮਹਾਰਾਜ, ਸੰਤ ਬਾਬਾ ਮਲਕੀਤ ਸਿੰਘ ਜੀ ਮਹਾਰਾਜ, ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਮਹਾਰਾਜ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਜ ਜਿਹੜਾ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਅਸੀਂ ਖਵਾਸਪੁਰ ਟੀਵੀ ਦੀ ਲਾਈਵ ਰਿਪੋਰਟ ਅੱਜ ਡੇਰਾ ਸੰਤਪੁਰਾ ਜੱਬੜ ਮਾਨਕੋ ਤੋਂ ਦਿਖਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਪਾ ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ, ਆਨੰਦ ਗੁਣੀ ਨਿਧਾਨ ਗੁਰੂ ਕਰੀ ਬਨਵਾਜ ਜੀ। ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਮਾਜ ਦਾ ਕੰਮ ਹੈ ਅੱਜ ਤੋਂ ਵੀ ਸਾਡੀ ਨਵੀਂ ਸਾਡੇ ਕੋਲ ਜਾ ਰਹੀ ਹੈ। ਉਹ
ਸਾਰੇ ਪੇਰੈਂਟਸ ਬੜੇ ਚਿੰਤਾਵਾਨ ਸਨ ਕੀ ਕਰੀਏ, ਪੰਜਾਬ ਦੇ ਨਸ਼ਿਆਂ ਦੀ ਹੋਰ ਵਿੱਚ ਆ ਗਿਆ, ਪੰਜਾਬ ਦਾ ਨਸ਼ਿਆਂ ਨਹੀਂ ਖੇਡ ਰਿਹਾ, ਜਵਾਨੀ ਸਾਡੀ ਸਾਡੇ ਹੱਥੋਂ ਜਾ ਰਹੀ ਹੈ, ਸਾਰੇ ਦੁਖੀ ਸਨ। ਅਜੇ ਸ਼ਿਮਲਾ ਸਿੰਘ ਮਨਪ੍ਰੀਤ ਸਿੰਘ ਜੀ ਹੋਣ ਅਜੇ ਨਸ਼ੇ ਵੀ ਪੰਜਾਬ 'ਚ ਨਹੀਂ ਆਏ ਸੀ, ਇੱਕੋ ਵੱਡੀ ਸੋਚ ਲੈ ਕੇ ਚੱਲੇ ਸੀ ਕਿ ਮੇਰੇ ਇਲਾਕੇ ਦੇ ਸਵਰਨਾ ਸੜਕਾਂ, ਸਕੂਲ, ਗੁਰਦੁਆਰਾ ਸਾਹਿਬ ਸਾਰੇ ਕਿੰਨੀਆਂ ਸੜਕਾਂ ਹੋਈਆਂ। ਮੈਂ ਪੁੱਛਣਾ ਪਿਆ ਸੀ ਬਾਬਾ ਜੀ ਕਿੰਨੇ ਪਾਸੇ ਲਾਗੇ ਹੋਣਗੇ, ਬਾਈ ਕਰੋੜ ਸੜਕਾਂ ਹੋਣਗੇ, ਸਕੂਲਾਂ 'ਤੇ ਲੱਗੇ, ਅੱਜ ਯੂਨੀਵਰਸਿਟੀ ਵੀ ਲਾਗੇ ਨਹੀਂ ਹੋਏ। ਸਹਿਯੋਗ ਮੇਰਾ ਸੰਗਤ ਔਰ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਜਦੋਂ ਗਏ ਨੇ ਥੋੜ੍ਹਾ ਥੋੜ੍ਹਾ ਖਲਾਅ ਪੈਦਾ ਹੋ ਗਿਆ। ਸ਼ਿਮਲਾ ਸਿੰਘ ਦਾ ਬ੍ਰਾਹਮੀ ਕਿੰਨਾ ਸਮਾਂ ਬਾਬੇ ਨਹੀਂ ਜਾ ਸਕੇ, ਬਾਰ ਬਾਰ ਕੇਸਗੜ ਸਾਹਿਬ ਜਾ ਰਹੇ, ਮੈਨੂੰ ਪਤਾ ਹੈ ਸਿੰਘ ਸਾਹਿਬ ਨੂੰ ਜਾ ਕੇ ਬਾਰ ਬਾਰ ਕਹਿਣਾ ਸਾਡੇ ਲਈ ਅਰਦਾਸ ਕਰੋ ਤੁਸੀਂ ਮੈਂ ਵਾਪਸ ਨਹੀਂ ਜਾਣਾ, ਤੁਸੀਂ ਮੋਤੀ ਮਾਤਾ ਨੂੰ ਸੰਪਦਾ ਵਿੱਚੋਂ ਆਏ ਹੈ। ਸ਼ਿਮਲਾ ਸਿੰਘ ਮਨਪ੍ਰੀਤ ਸਿੰਘ ਜੀ ਮੈਨੂੰ ਇਕੱਲਿਆ ਇਕੱਲਿਆ ਛੱਡ ਕੇ ਚੱਲ ਗਿਆ, ਬਹੁਤ ਵੱਡੀਆਂ ਸੇਵਾਵਾਂ ਮੈਂ ਕਿਵੇਂ ਨਿਭਾਵਾਂਗਾ, ਪਰ ਆਪ ਨਹੀਂ ਸਿਖਾਉਂਦਾ, ਥੋੜ੍ਹਾ ਸਮਾਜ ਉਹਨਾਂ ਨੇ ਸੇਵਾ ਸੰਭਾਲੀ ਸੀ ਉਹ ਵੀ ਚਲੇ ਗਏ।